ਜਾਂ ਅਸੀਂ ਮਾੜੇ ਹਾਂ ਜਾਂ ਅਸੀਂ ਕੌੜੇ ਹਾਂ ਜਾਂ ਸਾਡੇ ਨਾਲ ਗੱਲ ਨਹੀਂ ਬਣਦੀ ਤਾਂ ਇੱਧਰ ਦੀ ਬਜਾਏ ਉਹ ਇਸ ਅੰਦੋਲਨ ਦਾ ਸਾਥ ਦੇਣ ਲਈ ਹੋਰ ਬੜੇ ਨਾਕੇ ਨੇ, ਹੋਰ ਕਿਸੇ ਨਾਕੇ ਤੇ ਬੈਠ ਸਕਦੇ ਨੇ। ਜੀ ਜੀ ਜੀ, ਕੀ ਦਿੱਕਤ ਹੈ ਇਸ ਗੱਲ 'ਚ? ਪਿਛਲੇ ਦਿਨੀ ਤੁਸੀਂ ਕਿਹਾ ਸੀ ਕਿ ਮੋਰਚਾ ਸਿੱਖੀ ਦੀ ਸ਼ਾਨ ਦੇ ਵਿੱਚ ਚੱਲੇਗਾ, ਅਸੀਂ ਗੁਰੂ ਸਾਹਿਬ ਮੂਹਰੇ ਅਰਦਾਸ ਕਰਕੇ ਚੱਲੇ ਹਾਂ ਕਿ ਕਾਇਦੇ ਕਾਨੂੰਨ ਰੱਖੇ ਹੋਏ ਨੇ ਜੇ ਕੋਈ ਹੋਰ ਜਥੇਬੰਦੀ ਆਉਂਦੀ ਹੈ। ਦੇਖੋ ਸਾਡਾ ਇਹ ਹੈ ਕਿ ਮੋਰਚਾ ਜਿਹੜਾ ਅਸੀਂ ਮੋਰਚਾ ਲੜ ਰਹੇ ਹਾਂ ਬੀਬਾ ਜੀ ਕਿਸਾਨੀ ਦਾ ਜੀ, ਕਿਸਾਨੀ ਦੇ ਮੋਰਚੇ ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਵੀ ਆਵੇ ਹਰੇਕ ਲਈ ਅਸੀਂ ਵੈਲਕਮ ਕਰਦੇ ਹਾਂ, ਲੇਕਿਨ ਇਹ ਸਾਡੀ ਰਿਕੁਐਸਟ ਹੈ ਕਿ ਕਿਸਾਨ ਨੂੰ ਕਿਸੇ ਧਰਮ ਨਾਲ ਨਾ ਜੋੜਿਆ ਜਾਏ ਜੀ, ਕਿਸਾਨ ਨੂੰ ਕਿਸੇ ਜਾਤੀ ਨਾਲ ਨਾ ਜੋੜਿਆ ਜਾਏ, ਕਿਸਾਨ ਕਿਸੇ ਫਿਰਕੇ ਵਿਸ਼ੇਸ਼ ਦਾ ਨਹੀਂ, ਕਿਸਾਨਾਂ ਦੇ ਵਿੱਚ ਹਰ ਧਰਮ ਦੇ ਲੋਕ ਨੇ, ਹਰ ਪੋਲੀਟੀਕਲ ਧਿਰ ਦੇ ਲੋਕ ਨੇ। ਇਸ ਕਰਕੇ ਇਹਨੂੰ ਇੱਕ ਰੰਗ ਦੇਣ ਦੀ ਬਜਾਏ ਇਹਨੂੰ ਸਰਬ ਸਾਂਝਾ ਰੰਗ ਦੇ ਕੇ ਹੀ ਮੋਰਚਾ ਲੜਿਆ ਜਾਣਾ, ਤੇ ਪਹਿਲਾਂ ਵੀ ਆਪਾਂ ਮੋਰਚਾ ਸਰਬ ਸਾਂਝਾ ਰੱਖ ਕੇ ਚੱਲੇ ਜੀ ਜੀ, ਹਰ ਕੋਈ ਆਜ਼ਾਦੀ ਨਾਲ ਆਪਦਾ ਧਰਮ ਜਾਂ ਜੋ ਵੀ ਉਹ ਫੋਲੋ ਕਰ ਸਕਦਾ ਜੀ। ਸੋ ਆਖਰੀ ਸਵਾਲ ਮੈਂ ਪੁੱਛਾਂਗੀ, ਮੋਰਚੇ ਦੇ ਵਿੱਚ ਚਾਹੇ ਖਨੌਰੀ ਹੈ ਚਾਹੇ ਸ਼ੰਭੂ ਬਾਰਡਰ ਹੈ, ਕੱਲ ਨੂੰ ਦਿੱਲੀ ਨੂੰ ਜੇ ਜਾਣਾ ਪਿਆ, ਜੇ ਸਰਕਾਰ ਨੇ ਉਹ ਤੱਕ ਮੰਗ ਨਾ ਮੰਨੀ, ਤਾਂ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਕਿਉਂਕਿ ਇੰਟਰਨੈਟ ਇੱਥੇ ਚੱਲਦਾ ਨਹੀਂ ਅਤੇ ਕਿਸਾਨਾਂ ਨੂੰ ਆਪਣੇ ਘਰਦਿਆਂ ਦੇ ਜ਼ਰੀਏ ਹੀ ਫੋਨ 'ਤੇ ਖਬਰਾਂ ਦੀ ਸੂਚਨਾ ਮਿਲਦੀ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਆ ਗੱਲ ਕਿ ਮੋਰਚੇ ਦੇ ਵਿੱਚ ਸਰਕਾਰ ਦੀ ਐਡੀ ਕੋਈ ਹਿੰਮਤ ਨਹੀਂ ਗਈ ਕਿ ਸਾਨੂੰ ਇੱਥੇ ਕੁਛ ਕਰ ਦੇਵੇ, ਲੇਕਿਨ ਇੱਕ ਮੇਰੀ ਅਪੀਲ ਹੈ ਕਿ ਸਰਕਾਰ ਦਾ ਜਿਹੜੀ ਈਗੋ ਹੈ, ਸਰਕਾਰ ਦਾ ਜਿਹੜਾ ਅਹੰਕਾਰ ਹੈ, ਸਰਕਾਰ ਦੀ ਜਿਹੜੀ ਇਹ ਮੈਂ ਈਗੋ ਅਤੇ ਅਹੰਕਾਰ ਇਸ ਲਈ ਕਹਿ ਰਿਹਾ ਕਿ ਚੋਣਾਂ ਦੌਰਾਨ ਵਾਅਦੇ ਕੀਤੇ ਨੇ, ਜਿਹੜੀਆਂ ਮੰਗਾਂ ਦੀ ਆਪਾਂ ਗੱਲਾਂ ਕਰਦੇ, ਮੰਗਾਂ ਨਹੀਂ ਹੈ, ਚੋਣਾਂ ਦੌਰਾਨ ਕੀਤੇ ਹੋਏ ਵਾਅਦੇ ਨੇ, ਉਹਨਾਂ ਵਾਅਦਿਆਂ 'ਚ ਵਾਅਦੇ ਕਰ ਲਏ ਵੋਟਾਂ ਲੈ ਲਈਆਂ, ਵਾਅਦਾ ਕਰ ਲਿਆ, ਅੰਦੋਲਨ ਸਸਪੈਂਡ ਕਰਾਤਾ। ਅਗਰ ਉਹਨੂੰ ਦੁਬਾਰਾ ਸਰਕਾਰ ਇਹ ਕਹੇ ਵੀ ਜੇ ਤੁਸੀਂ ਯਾਦ ਕਰਾਉਣ ਆਉਣੇ ਆ ਤਾਂ ਤੁਹਾਡੇ ਡਾਂਗਾ ਮਾਰਾਂਗੇ, ਪਰ ਇਹ ਜ਼ਰੂਰ ਆ ਵੀ ਅਸੀਂ ਜਥੇਬੰਦੀ ਵਾਲੇ ਬੰਦਿਆਂ ਜਿਹੜੇ ਉਹ ਅਸੀਂ ਆਪ ਖੁਦ ਅੱਗੇ ਲੱਗਾਂਗੇ। ਕੋਈ ਵੀ ਨੌਜਵਾਨ ਕਿਰਪਾ ਕਰਕੇ ਸਾਡੇ ਕਹੇ ਤੋਂ ਬਿਨਾਂ ਆਪ ਮੁਹਾਰਾ ਕੋਈ ਐਕਟ ਨਾ ਕਰੇ ਜੀ, ਤਾਂ ਕਿ ਆਪਾਂ ਸ਼ਾਂਤੀ ਨੂੰ ਬਹਾਲ ਰੱਖ ਕੇ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਸਕੀਏ। ਜੀ ਜੀ, ਸੋ ਕੱਲ੍ਹ ਨੂੰ ਮਤਲਬ ਜਿਹੜੇ ਮੁੱਖ ਲੀਡਰ ਹੋ ਤੁਸੀਂ, ਉਹ ਮੂਹਰੇ ਹੋਵੋਗੇ, ਲੀਡ ਕਰੋਗੇ ਮੋਰਚੇ ਨੂੰ ਜੀ। ਸੋ ਬਹੁਤ ਬਹੁਤ ਧੰਨਵਾਦ ਡੱਲੇਵਾਲ ਸਾਹਿਬ। ਜਗਜੀਤ ਸਿੰਘ ਡੱਲੇਵਾਲ ਦੇ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਇਹ ਮੋਰਚੇ ਦਾ ਜਿਹੜਾ ਸਮਾਂ ਚੱਲ ਰਿਹਾ, ਮੋਰਚਾ ਸ਼ੁਰੂ ਹੋਣ ਤੋਂ ਕੁਛ ਦਿਨ ਪਹਿਲਾਂ ਹੀ ਸਾਡੇ ਮਾਤਾ ਜੀ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਧਰਮ ਪਤਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ, ਅਤੇ ਉਸ ਦੁੱਖ ਦੀ ਘੜੀ ਦੇ ਵਿੱਚ ਵੀ ਉਹ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਇੱਕਦਮ ਆ ਕੇ ਮੋਰਚੇ ਦੇ ਵਿੱਚ ਡਟ ਗਏ ਸੀ, ਜੁੱਟ ਗਏ ਸੀ। ਇਨਸਾਨੀਅਤ ਦੇ ਨਾਤੇ ਗੱਲ ਕਰਨੀ ਬਣਦੀ ਸੀ, ਜ਼ਰੂਰੀ ਸੀ, ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ।